ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਸਾਡੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਜੈ ਮਸਤਾ ਦੀ, ਜੈ ਪੀਰਾ ਦੀ, ਜੈ ਬਲੀਆ ਦੀ। ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਮਸਤਾ ਦਾ ਦਾਸ। ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਉਣੀ ਆਂ। ਦਾਤਾ ਸਾਹਿਬ ਮਡਾਲੀ ਵਾਲੀ ਸਰਕਾਰਾ ਰੱਬੀ ਦਰਵਾਰ ਦੀ ਗੱਲ ਕਰਾਂਗੇ ਰੱਬੀ ਦਰਵਾਰ ਬਾਬਾ ਅਬਦੁੱਲ ਸ਼ਾਹ ਜੀ ਕਾਦਰੀ ਗੌਸਪਾਕ ਦੀ ਅੰਸ਼ ਵੰਸ਼ ਦੇ ਵਿੱਚੋਂ ਉਹਦੀ ਔਲਾਦ ਦੇ ਵਿੱਚੋਂ ਬਾਬਾ ਅਬਦੁੱਲ ਸ਼ਾਹ ਜੀ ਨੇ ਕਾਦਰੀ ਖਾਨਦਾਨ ਬਾਬਾ ਅਬਦੁੱਲ ਸ਼ਾਹ ਜੀ ਕਿੱਦਾਂ ਦੱਸਿਆ ਜਾਂਦਾ ਆ ਬਾਬਾ ਅਬਦੁੱਲ ਸ਼ਾਹ ਜੀ ਮੇਰਾ ਗੌਸਪਾਕ 11ਵੀਂ ਵਾਲੀ ਸਰਕਾਰ ਦੇ ਅੰਸ਼ ਵੰਸ਼ ਦੇ ਵਿੱਚੋਂ ਆ ਉਹਨਾਂ ਦਾ ਮੁਕਾਮ ਹੀ ਐਡਾ ਵੱਡਾ ਆ ਵੈਸੇ ਵੀ ਜਿਹੜੇ ਆਪਣੇ ਪੰਜਾਬ ਦੇ ਆਪਣੇ ਜਲੰਧਰ ਦੇ ਲਾਗੇ ਛਾਗੇ ਦੇ ਦਰਬਾਰ ਆ ਵੱਡੇ ਦਰਬਾਰ ਆ ਉਹ ਸਾਰੇ ਫਕੀਰਾਂ ਨੇ ਕਿਹਾ ਆ ਸਾਡਾ ਵੱਡਾ ਦਰਬਾਰ ਮਡਾਲੀ ਸ਼ਰੀਫ ਆ ਦੇਖਣ ਨੂੰ ਕੋਈ ਵੀ ਵੱਡਾ ਦਰਬਾਰ ਹੋ ਸਕਦਾ ਪਰ ਜਿਹੜੇ ਰੁੱਤਵੇ ਆ ਜਿਹੜੇ ਮਕਾਮ ਆ ਉਹ ਮਡਾਲੀ ਸ਼ਰੀਫ ਮਡਾਲੀ ਦਰਗਾਹ ਦੇ ਦਰਬਾਰ ਦੇ ਹਿੱਸੇ ਆਏ ਆ ਜਿਹੜੇ ਰੁੱਤਵੇ ਆਏ ਆ ਇਸ ਕਰਕੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਜੇ ਕੋਈ ਵੀ ਗੱਲ ਗਲਤ ਲਫ਼ਜ਼ ਬੋਲ ਹੋ ਗਿਆ ਗਲਤ ਗੱਲ ਹੋ ਗਈ ਕੋਈ ਕਿਸੇ ਨੂੰ ਨਾਰਾਜ਼ਗੀ ਜਾਂ ਕਿਸੇ ਨੂੰ ਗੁੱਸਾ ਲੱਗਿਆ ਤਾਂ ਉਹ ਮਾਫ਼ ਕਰਨਾ ਤੇ ਅੱਜ ਦਾ ਕਿੱਸਾ ਸ਼ੁਰੂ ਕਰਦੇ ਆ ਜਦ ਕਹਿੰਦੇ ਬਾਬਾ ਅਬਦੁੱਲ ਸ਼ਾਹ ਜੀ ਮਡਾਲੀ ਸ਼ਰੀਫ ਵਿੱਚ ਆਏ ਤੇ ਉਹਨਾਂ ਨੇ ਇਸ ਜਗ੍ਹਾ ਤੇ ਜਿਹੜਾ ਰੋਜ਼ਾ ਬਣਿਆ ਆ ਉਹਦੀ ਸੇਵਾ ਸ਼ੁਰੂ ਕਰਵਾਈ ਇਸ ਮਤਲਬ ਬਣਾਉਣਾ ਸ਼ੁਰੂ ਕੀਤਾ ਜਦ ਤੇ ਉਸ ਟਾਈਮ ਕਹਿੰਦੇ ਮਜਬੂਦ ਲੱਗੇ ਹੁੰਦੇ ਸੀ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਆਪਣਾ ਦਿਹਾੜੀ ਲਾਉਣੀ ਤੇ ਸਰਕਾਰ ਸੇਵਾ ਕਹਿੰਦੇ ਨਹੀਂ ਸੀ ਉਦੋਂ ਕਰਾਉਂਦੇ ਤੇ ਪੈਸੇ ਦਿੰਦੇ ਜੀ ਸਭ ਨੂੰ ਮਤਲਬ ਜਿੱਦਾਂ ਵੀ ਕਹਿ ਲਈਏ ਮਤਲਬ ਕਿਸੇ ਦਾ ਹੱਕ ਨਹੀਂ ਰੱਖਦੇ ਦੀ ਫਕੀਰ ਕਿਸੇ ਦਾ ਹੱਕ ਨਹੀਂ ਰੱਖਦੇ ਜੇ ਕੋਈ ਆਪਾਂ ਹੁਣ ਵੀ ਕਿਸੇ ਦੇ ਆਪਾਂ ਦਰਬਾਰ ਤੇ ਜਾ ਕੇ ਸੇਵਾ ਕਰਦੇ ਆ ਤੇ ਉਸ ਉੱਤੇ ਥਾਂ ਆਪਾਂ ਨੂੰ ਕੁਛ ਤਾਂ ਕੁਛ ਦੇ ਕੇ ਤੋਰਦੇ ਆ ਆਪਾਂ ਨੂੰ ਨਹੀਂ ਨਜ਼ਰ ਆਉਂਦਾ ਅਗਲੇ ਕੁਸ਼ਤਾ ਕੋ ਦੁਆਵਾਂ ਆਪਣੇ ਦੁੱਖ ਦੁੱਖ ਦਿਲਦਰ ਦੂਰ ਕਰਦੇ ਆ ਕਿਸੇ ਤੇ ਕਿਸੇ ਬੰਦ ਉਸ ਟਾਈਮ ਕਹਿੰਦੇ ਸਰ ਕੋ ਸਰਕਾਰ ਜਦ ਰੋਜ਼ ਦੀ ਸੇਵਾ ਕਰਵਾ ਰਹੇ ਸੀ ਪਰਵਾ ਰਹੇ ਸੀ ਤੇ ਮਜ਼ਦੂਰ ਲੱਗੇ ਹੁੰਦੇ ਸੀ ਤੇ ਸਰਕਾਰ ਨੇ ਜਦ ਸ਼ਾਮ ਪੈਣੀ ਆਪ ਸਾਹਮਣੇ ਜਿਹੜੀ ਨਿੰਮ ਸੀ ਕਹਿੰਦੇ ਉੱਥੇ ਰੱਬ ਰੱਬ ਕਰੀ ਜਾਣਾ ਕਿਵਲੇ ਕੰਮ ਵੀ ਕਰਨਾ ਤੇ ਕਹਿੰਦੇ ਉੱਥੇ ਬੈਠੇ ਉਹਨਾਂ ਸਰਕਾਰ ਨੇ ਤੇ ਜਦ ਸ਼ਾਮ ਦਾ ਟਾਈਮ ਹੋਣਾ ਸਭ ਨੂੰ ਜਿੰਨੇ ਵੀ ਉਸ ਟਾਈਮ ਬੰਦੇ ਹੁੰਦੇ ਸੀ ਉਹ ਪੈਸੇ ਦੇ ਦੇ ਨੇ ਤੇ ਕਹਿੰਦੇ ਇੱਕ ਬੰਦਾ ਸੀ ਵਿੱਚ ਮਜ਼ਦੂਰ ਸੀ ਉਸਨੇ ਦੇਖਿਆ ਸਰਕਾਰ ਆਉਂਦੇ ਆ ਬੋਰੀ ਵਛਾਉਂਦੇ ਆ ਕਿਤੇ ਉਹ ਕੱਢਦੇ ਨਹੀਂ ਉਹ ਕੁਝ ਨਹੀਂ ਕਰਦੇ ਤੇ ਸਰਕਾਰ ਬੋਰੀ ਥੱਲੇੋਂ ਕੱਢ ਕੇ ਸਾਨੂੰ ਪੈਸੇ ਦੇ ਦਿੰਦੇ ਆ ਜਿਹੜੀ ਵੀ ਸਾਡੀ ਦਿਹਾੜੀ ਬੰਦੀ ਆ ਤੇ ਇਹ ਕਿੱਦਾਂ ਹੁੰਦਾ ਆ ਉਸ ਬੰਦੇ ਨੇ ਸੋਚਿਆ ਸਰਕਾਰ ਚੱਲ ਜਾਂਦੇ ਨੇ ਬੋਰੀ ਉੱਥੇ ਟੰਗ ਜਾਂਦੇ ਨੇ ਨਿਮਤੇ ਜਾਂ ਰੱਖ ਜਾਂਦੇ ਨੇ ਤੇ ਕਿੰਨੇ ਸੋਚਿਆ ਉਹਨੇ ਰਾਤ ਨੂੰ ਆ ਕੇ ਤੇ ਮੈਂ ਬੋਰੀ ਤੇ ਵਿੱਚੋਂ ਕੱਢ ਕੇ ਲੈ ਕੇ ਜਾਵਾਂ ਮਜਦੂਰ ਨੇ ਸੋਚਿਆ ਕਿਹੜਾ ਉੱਥੇ ਕਰਦਾ ਸੀ ਸੇਵਾ ਕਿਉਂਕਿ ਫਕੀਰਾਂ ਨੇ ਇੱਕ ਦਿਖਾਉਣਾ ਹੁੰਦਾ ਆ ਜਾਂ ਫਕੀਰ ਨੂੰ ਕੋਈ ਵੀ ਰਮਜ ਦੇਣੀ ਹੁੰਦੀ ਆ ਕਦੋਂ ਇਦਾਂ ਦਾ ਕੋਈ ਕੰਮ ਹੁੰਦਾ ਆ ਕੋਈ ਫਕੀਰ ਆਪ ਵੀ ਚਮਤਕਾਰ ਕਰਨੇ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਇਹ ਆਪੇ ਰੱਬ ਕਰਾਉਂਦਾ ਜੋ ਵੀ ਕਰਾਉਂਦਾ ਫਕੀਰ ਆਪੇ ਕਰਾਉਂਦੇ ਆ ਜੋ ਵੀ ਕਰਾਉਂਦੇ ਆ ਉਸ ਨੂੰ ਕੁਝ ਸਮਝਾਉਣਾ ਸੀ ਕੁਝ ਸਾਨੂੰ ਸਮਝਾਉਣਾ ਸੀ ਤੇ ਇਸ ਤਰ੍ਹਾਂ ਉਹ ਰਾਤ ਨੂੰ ਕਹਿੰਦੇ ਜਦ ਚੋ ਮਜ਼ਦੂਰ ਸੀ ਪਹੁੰਚ ਗਿਆ ਉਸ ਬੋਰੀ ਕੋਲ ਤੇ ਬੋਰੀ ਚੱਕੀ ਲੱਗਾ ਰਿਹਾ ਸਾਰੀ ਰਾਤ ਕਦੀ ਧਰ ਕਦੀ ਉੱਤਰ ਕਦੀ ਵਿੱਚ ਹੱਥ ਕਦੀ ਕੁਛ ਕਿੱਥੋਂ ਕਿੱਥੋਂ ਆਣੀ ਸੀ ਕਿਉਂਕਿ ਉਹ ਤਾਂ ਦਾਤਾ ਜੀ ਸੀ ਦਾਤਾ ਜੀ ਦੇ ਹੱਥਾਂ ਦੇ ਵਿੱਚ ਇੰਨੀ ਬਰਕਤ ਰੱਬ ਨੇ ਪਾਈ ਸੀ ਅੱਲਾ ਪਾਗ ਨੇ ਪਾਈ ਸੀ ਉਹ ਚਿੱਥ ਨੂੰ ਮਿੱਟੀ ਨੂੰ ਵੀ ਲਾਉਂਦੇ ਸੀ ਉਹ ਵੀ ਸੋਨਾ ਹੋ ਜਾਂਦਾ ਸੀ ਕਿਉਂਕਿ ਉਹਨੇ ਤਪੱਸਿਆ ਉਹਨੇ ਭਗਤੀਆਂ ਇੰਨੀਆਂ ਸੀ ਬਾਦਤਾ ਇੰਨੀਆਂ ਸੀ ਤੇ ਉਹ ਸਾਰੀ ਰਾਤ ਬੋਰੀ ਇੱਧਰ ਉੱਧਰ ਕਰੀ ਗਿਆ ਕਦੀ ਝਾੜਦਾ ਕਦੀ ਫੇਰ ਕਰਦਾ ਸਾਰੀ ਰਾਤ ਲੰਘ ਗਈ ਇਦਾਂ ਹੀ ਕਰਦੇ ਕਰਦੇ ਸਵੇਰ ਹੋਈ ਮਜ਼ਦੂਰੀ ਤੇ ਫਿਰ ਸੇਵਾ ਤੇ ਆ ਗਿਆ ਰੋਜ਼ੇ ਦੀ ਜਦ ਲੱਗੇ ਫਿਰ ਸਾਰਾ ਕੁਝ ਕੀਤਾ ਸ਼ਾਮ ਪੈ ਗਈ ਸ਼ਾਮ ਪੈ ਗਈ ਤੇ ਉਹੀ ਟਾਈਮ ਹੋ ਗਿਆ ਦਾਤਾ ਜੀ ਜਦ ਮਜ਼ਦੂਰਾ ਨੂੰ ਦਿੰਦੇ ਸੀ ਉਹਨਾਂ ਦਾ ਜੋ ਵੀ ਬਣਦਾ ਸੀ ਜਦੋਂ ਸਾਰਿਆਂ ਨੂੰ ਦਿੰਦੇ ਪਏ ਆ ਇੱਕ ਇੱਕ ਰੁਪਈਆ ਜਾਂ ਇੱਕ ਇੱਕ ਪੈਸਾ ਇੱਕ ਇੱਕ ਆਨਾ ਜੋ ਵੀ ਚੱਲਦਾ ਸੀ ਉਸ ਟਾਈਮ ਜਦ ਦਿੰਦੇ ਪਏ ਸੀ ਤੇ ਜਸ ਉਸ ਦੀ ਵਾਰੀ ਆਈ ਉਹਨੂੰ ਦੋ ਦੇ ਦਿੱਤੇ ਬਾਕੀ ਵੀ ਦੇਖਦੇ ਸੀ ਜੀ ਦਾਤਾ ਜੀ ਨੇ ਉਹਨੂੰ ਦੋ ਦੇ ਦਿੱਤੇ ਦਾਤਾ ਅਬਦੁੱਲ ਸ਼ਾਹ ਜੀ ਦੀ ਉਸਨੂੰ ਦੋ ਆਨੇ ਦਿੱਤੇ ਤੇ ਉਹ ਦੇਖ ਲਾਂਗੇ ਬਾਬਾ ਜੀ ਮੈਂ ਤਾਂ ਇੱਕ ਦਿਹਾੜੀ ਲਈ ਉਹ ਕਹਿੰਦੇ ਨਹੀਂ ਨਹੀਂ ਤੇਰੀ ਰਾਤ ਵੀ ਲੱਗਿਆ ਤੂੰ ਸਾਰੀ ਰਾਤ ਵੀ ਲੱਭੀ ਗਿਆ ਪੈਸੇ ਆਉਂਦੇ ਕਿੱਥੋਂ ਆ ਤੇਰੀ ਡਬਲ ਦੀ ਆੜੀ ਬਣ ਗਈ ਆ ਤੇਰੀ ਡਬਲ ਤੇਰਾ 2 ਦਿਨ ਹੋ ਗਏ ਯਾਰ ਮਰ ਰਾਤ ਵੀ ਲਾਈ ਤੂੰ ਦਿਨ ਵੀ ਲਾਇਆ ਤੇਰੇ ਤਾਂ ਡਬਲ ਬੰਦੇ ਆ ਆ ਲੈ ਇਹ ਹੁੰਦੇ ਨੇ ਫਕੀਰ ਕਦੇ ਵੀ ਕਿਸੇ ਦਾ ਹੱਕ ਨਹੀਂ ਰੱਖਦੇ ਕਦੇ ਵੀ ਭਾਵੇਂ ਉਹਨੇ ਚੋਰੀ ਕਰਨ ਨਹੀਂ ਚਾਹੀ ਭਾਵੇਂ ਉਹਨੇ ਵਿੱਚੋਂ ਪਰਖਣੇ ਚਾਹਿਆ ਕੱਢਦਾ ਕਿੱਥੋਂ ਆ ਪਰ ਸਰਕਾਰ ਨੇ ਕਿਹਾ ਨਹੀਂ ਤੂੰ ਇੱਕ ਦਿਨ ਨਹੀਂ ਤੂੰ 2 ਦਿਨ ਆਇਆ ਤੂੰ ਰਾਤ ਵੀ ਲਾਈ ਆ ਤੇਰੀ ਡਬਲ ਬੰਦੀ ਆ ਤੂੰ ਮਿਹਨਤ ਤੇ ਕੀਤੀ ਹੈ ਨਾ ਦਰਬਾਰ ਸਾਡੇ ਤੇ ਆ ਕੇ ਮਿਹਨਤ ਕੀਤੀ ਭਾਵੇਂ ਤੂੰ ਚੋਰੀ ਕਰਨ ਦੇ ਸੋਚਿਆ ਸੀ ਪਰ ਸਾਡੇ ਦਰਬਾਰ ਤੇ ਆ ਕੇ ਸੋਚਿਆ ਨਾ ਤੇ ਸਾਡੇ ਦਰਬਾਰ ਦੇ ਵਿੱਚ ਹਾਜ਼ਰ ਸੀ ਨਾ ਤੇਰੀ ਹਾਜ਼ਰੀ ਰਾਤ ਦੇ ਵੀ ਲੱਗੀ ਆ ਤੇ ਦਿਨ ਦੀ ਆ ਤੂੰ ਸਾਡੇ ਸਾਹਮਣੇ ਹੀ ਸੀ ਤੇ ਉਹਨੂੰ ਡਬਲ ਦੋ ਆਨੇ ਦਿੱਤੇ ਕਹਿੰਦੇ ਸਰਕਾਰ ਕਹਿੰਦੇ ਤੇਰੀ ਡਬਲ ਦੇ ਆਲੀ ਆ ਉਹਨੇ ਸਜਦਾ ਕੀਤਾ ਸਲਾਮ ਕੀਤੀ ਸਾਰੇ ਮਜ਼ਦੂਰਾਂ ਨੇ ਸਲਾਮ ਕੀਤੀ ਸਰਕਾਰ ਨੂੰ ਤੇ ਮੰਨ ਲਓ ਇਹ ਤੁਸੀਂ ਆ ਇਹ ਤੁਹਾਡੇ ਹੀ ਰੰਗ ਆ ਤੁਸੀਂ ਕਰ ਸਕਦੇ ਬੋਰੀਆਂ ਥੱਲੇ ਤੁਸੀਂ ਸੈਟਸਾਂ ਦੇ ਉੱਪਰ ਨੂੰ ਤੁਸੀਂ ਸਾਰਾ ਕੁਝ ਕਰ ਸਕਦੇ ਆ ਤੁਹਾਡੇ ਪੈਰਾਂ ਦੇ ਥੱਲੇ ਹੀ ਸਭ ਕੁਝ ਆ ਜੰਨਤ ਪੈਸਾ ਤੇਲਾ ਸਭ ਕੁਝ ਤੁਹਾਡੇ ਪੈਰਾਂ ਦੇ ਵਿੱਚ ਹੀ ਆ ਤੇ ਉਸਨੇ ਵੀ ਮਾਫੀ ਮੰਗੀ ਤੇ ਦਾਤਾ ਜੀ ਨੇ ਵੀ ਕਿਹਾ ਕੋਈ ਗੱਲ ਨਹੀਂ ਅਸੀਂ ਮਾਫ ਕਰਨ ਨਹੀਂ ਆਏ ਆ ਸਾਰੀ ਦੁਨੀਆ ਨੂੰ ਮਾਫ ਕਰਨ ਲਈ ਆਏ ਆ ਤੇ ਮਡਾਲੀ ਦਰਬਾਰ ਵਾਲੇ ਕਰਦੇ ਵੀ ਆਏ ਆ ਜਿਹੜਾ ਵੀ ਕੋਈ ਗਲਤੀ ਕਰਦਾ ਸਭ ਨੂੰ ਮਾਫੀਆ ਮਿਲਦੀ ਆ ਜਾਂ ਮੇਰਾ ਗੌਂਸਪਾਗ ਦੇ ਦਰਬਾਰ ਦੇ ਵਿੱਚ ਬਾਬਾ ਅਬਦੁੱਲੇ ਸ਼ਾਹੀ ਦੇ ਦਰਬਾਰ ਦੇ ਵਿੱਚ ਬਾਬਾ ਗੁਲਾਮੀ ਸ਼ਾਹੀ ਦੇ ਦਰਬਾਰ ਦੇ ਵਿੱਚ ਬਾਬਾ ਅਲੀ ਅਹਿਮਦ ਸਰਕਾਰ ਦੇ ਦਰਬਾਰ ਦੇ ਵਿੱਚ ਜੇ ਤੁਹਾਨੂੰ ਇਹ ਛੋਟਾ ਜਿਹਾ ਕਿੱਸਾ ਵਧੀਆ ਲੱਗਿਆ ਤੇ ਸ਼ੇਅਰ ਕਰਨਾ ਲਾਈਕ ਕਰਨਾ ਤੇ ਮਿਲਦੇ ਆਪਾਂ ਜਲਦੀ ਅਗਲੇ ਕਿਸੇ ਦੇ ਵਿੱਚ ਜੈ ਮਸਤਾ ਦੀ ਜੈ ਪੀਰਾ ਦੀ ਜੈ ਬਲੀਆ ਦੀ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ